जुड़े में बोलने आवाजा प्रा ऐ बने कोई दनो मुंह कर क्यों है अस्सलाम वालेकुम जी वाजदे वालेकुम सलाम नाम के अपना जी इम्तियाज इम्तियाज ते इलाका केड़ा अपना पिंड गुजरावाला नहीं पिंड दा की नाम है जी बामनिया बामनिया हां जी माल अपना माशाल्लाह हां जी अपना माल सही है जी ते कितना तकरीबन जानवर होंगे माल च जी माशाल्लाह सी को है माशाल्लाह जी ते ए बकरी तुसी दिखा रहे हो इनकी की खास गल है कुड़ी मेरे को छत्तर खाना फिर वही और काके नु फड़ी नु फड़ी नु फड़ी सुकून ना फड़ी सुकून ना इन पकड़ ला कान तो पकड़ ला सही है अजी चोरी मिलू तो बच्चा परला मंडा मथू दा नाम है सही है पूछो नाम फिर भी क्या नाम अपना आसफ है जी नाम मेरा आसफ ते बिलू साहब तोड़े के बिलू दा पुत्र है बेटी हो तुसी उना दे माशाल्लाह सही है ਇਹ ਤੁਹਾਡਾ ਮਾਲ ਅਸੀਂ ਪਹਿਲਾਂ ਦਿਖਾ ਚੁੱਕੇ ਹਾਂ ਦੋਸਤਾਂ ਨੂੰ ਇਹ ਬੱਕਰੀ ਦੀ ਕੀ ਕੁਆਲਿਟੀ ਨੇ ਜਿਹੜੀ ਤੁਸੀਂ ਦਿਖਾ ਰਹੇ ਸਾਨੂੰ ਇਹ ਅੱਛੀ ਕੁਆਲਿਟੀ ਦੀ ਬੱਕਰੀ ਹੈ ਜੀ ਕੀ ਨੁਮਾਇਸ਼ ਵਾਲੀ ਹੈ ਜਾਂ ਵੈਸੇ ਹੈ ਸ਼ੌਂਕ ਵਾਲੀ ਹੈ ਜੀ ਬੱਕਰੀ ਮਾਸ਼ਾਅੱਲਾ ਘਰੇ ਰੱਖਣ ਵਾਲੀ ਹੈ ਜੀ ਮਾਸ਼ਾਅੱਲਾ ਜੀ ਇਹ ਸਰ ਕਿੰਨਾ ਕੁ ਦੁੱਧ ਕਰੇਗੀ ਇੱਕ ਦਿਨ ਦਾ ਨਾਰਮਲ ਤੁਹਾਡੇ ਮੁਤਾਬਕ ਦੁੱਧ ਜੀ 5 ਕਿ ਸਰ ਹੈ 5 ਕਿਲੋ ਮਾਸ਼ਾਅੱਲਾ ਦੋ ਟਾਈਮ ਦਾ 5 ਕੇ ਜੀ ਕਹਿ ਰਹੇ ਹਾਂ ਬਈ ਔਰ ਸਰ ਗਾਰੰਟੀ ਨਾ ਹੋਏਗਾ ਜੀ ਗਾਰੰਟੀ ਨਾ ਜੀ ਤੇ ਇਹ ਜਿਹੜੀਆਂ ਬੱਕਰੀਆਂ ਨੇ ਇਸ ਇਲਾਕੇ ਦੀਆਂ ਅੱਗੇ ਅਸੀਂ ਇੱਕ ਹੋਰ ਦਿਖਾ ਕੇ ਬਾਬਾ ਲਾਲ ਕੀਆਂ ਤੁਹਾਡੀਆਂ ਕੀ ਇੱਕੋ ਹੀ ਰਵਾ ਹੈ ਹਾਂਜੀ ਇੱਕੋ ਹੀ ਰਵਾ ਜੀ ਸਹੀ ਮਾਸ਼ਾਅੱਲਾ ਇਹ ਬੱਕਰੀਆਂ ਬਣਾਏ ਮਤ ਤੂੰ ਕਿਹੜੇ ਘਰ ਦੀਆਂ ਨੇ ਬੱਕਰੀਆਂ ਇੱਥੇ ਪਖੜੇ ਆ ਇਹ ਜੀ ਵਾਜਵਿਆਂ ਦੀਆਂ ਜੱਟਾਂ ਦੀਆਂ ਵਾਜਵਿਆਂ ਜੱਟਾਂ ਦੀਆਂ ਬੱਕਰੀਆਂ ਆਸਫ ਦੀਆਂ ਸਹੀ ਹੈ ਚੌਰੀ ਆਰਫ ਦੀਆਂ ਜੀ ਤੇ ਇਹਨਾਂ ਦੇ ਮਾਲ ਚ ਤੇ ਤੁਹਾਡੇ ਮਾਲ ਚ ਕੀ ਫਰਕ ਹੈ ਬੱਕਰੀਆਂ ਦੀ ਇੱਕੋ ਨਸਲ ਆ ਜਾਂ ਅਲੱਗ ਅਲੱਗ ਹੈ ਇੱਕੋ ਹੀ ਨਸਲ ਆ ਜੀ ਸਹੀ ਹੈ ਬੱਕਰਾ ਤੁਸੀਂ ਚੇਂਜ ਕਰਦੇ ਰਹਿੰਦੇ ਇੱਕ ਦੂਸਰੇ ਨੂੰ ਅੱਛਾ ਅਸੀਂ ਨਾ ਮਤੂ ਅਸੀਂ ਆਏ ਕੁਝ ਨਾਲ ਤੁਹਾਡੇ ਕੋਲੇ ਜੀ ਸਾਨੂੰ ਜਿਹੜੇ ਨੇ ਚੰਗੇ ਚੰਗੇ ਮਾਲ ਜਿਹੜੇ ਸ਼ੌਂਕ ਵਾਲੇ ਸਾਰੇ ਅਸੀਂ ਸਾਰਿਆਂ ਨੂੰ ਆਪਾਂ ਕਰਨਾ ਵਾ ਜੀ ਟਾਈਮ ਵੀ ਥੋੜਾ ਵਾ ਤੇ ਕੰਮ ਵੀ ਸਿੱਧਾ ਕਰਨਾ ਸਾਰਿਆਂ ਦਾ ਸ਼ੌਂਕ ਆ ਠੀਕ ਹੈ ਛੁਕੇ ਤੁਸੀਂ 2 ਮਿੰਟ ਵੇਖੋ ਇਸ ਨਾਲ ਸਭ ਇੱਕ ਫੌਤਲੀ ਆ ਉਹਦੀ ਵਜ੍ਹਾ ਥੋੜੀ ਜਿਹੀ ਟੈਨਸ਼ਨ ਸਾਡੇ ਬੰਦੇ ਸਾਰੇ ਟੈਨਸ਼ਨ ਚ ਬਹੁਤ ਅਸੀਂ ਬਿਆਸ ਤੋਂ ਖੁਦ ਆਪ ਵੀ ਆ ਜੇ ਅਸੀਂ ਕਹਿੰਦੇ ਆ ਵੀ ਟਾਈਮ ਵੀ ਆ ਤੇ ਚਲੋ ਪੜਦੇ ਨੇ ਆਪਣਾ ਕੰਮ ਕਰ ਲਈਏ ਸਹੀ ਆਏ ਸੀ ਪਰ ਉਹਨਾਂ ਦਿਲ ਨਹੀਂ ਖੁਸ਼ ਹੋਇਆ ਕਿਉਂਕਿ ਫੌਤਗੀ ਨਾਲ ਦਾਦਾ ਦਿਲ ਖਰਾਬ ਹੋਇਆ ਵੇਖ ਕੇ ਮਾਲ ਵੀ ਜਿਹੜਾ ਮਾਲ ਤੇ ਮਾਸ਼ਾਅੱਲਾ ਸੋਹਣਾ ਵਾ ਅੱਛਾ ਮਾਸ਼ਾਅੱਲਾ ਬਹੁਤ ਅੱਛਾ ਉਹਨਾਂ ਦੇ ਘਰੇ ਨਾ ਭਾਈ ਆਰਫ ਕੇ ਜੇ ਉਹਨਾਂ ਦੇ ਮਾਸ਼ਾਅੱਲਾ ਪਰੇਸ਼ਾਨੀ ਤੁਹਾਡੀ ਰਾਜ ਕਿੱਥੋਂ ਦੀ ਤੁਹਾਡੀ ਕਿੱਥੋਂ ਦੀ ਰਾਜ ਵੀ ਇੱਥੇ ਨਾਲ ਹੀ ਪਿੰਡ ਨੇ ਸਾਡਾ ਕਿਹੜਾ ਪਿੰਡ ਸਹੀ ਧਾੜੀਆਲ 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 ਦੇ ਗੁੱਜਰ ਨੇ ਸਹੀ ਹੈ ਹਾਂਜੀ ਮਾਸ਼ਾਅੱਲਾ ਅਸੀਂ ਸਪੈਸ਼ਲ ਤੇ ਆਏ ਸਾਂ ਇਹਨਾਂ ਨਾਲ ਸੁਣ ਕੇ ਤੇ ਬਾਕੀ ਇਸ ਤੋਂ ਬਾਅਦ ਅਸੀਂ ਇਹਨਾਂ ਦਾ ਮਾਲ ਹੀ ਵੇਖਣਾ ਵਾ ਔਰ ਰਾਤਾ ਵੀ ਇਹਨਾਂ ਨੇ ਕਰਨਾ ਵਾ ਔਰ ਸਾਨੂੰ ਬਾਹਰੋਂ ਕਾਲਾਂ ਵੀ ਇਹਨਾਂ ਦੇ ਪਿੰਡ ਦੀਆਂ ਗਈਆਂ ਨੇ ਸਾਊਦੀ ਮਨਮਨਾ ਦੁਬਈ ਚੋਂ ਉਹਨਾਂ ਦਾ ਸਾਡੇ ਪਿੰਡ ਦੀ ਲਾਜ਼ਮੀ ਪਹੁੰਚਣਾ ਵਾ ਠੀਕ ਹੈ ਜੀ ਇਨਸ਼ਾਅੱਲਾ ਅਸੀਂ ਬੜਾ ਸਫ਼ਰ ਕੀਤਾ ਔਰ ਕੀਤਾ ਕਰਦੇ ਆ ਸਾਰੇ ਨਾ ਦਾਦ ਬਾਬੇ ਬਿਲੂ ਕਰੇ ਆ ਜੀ ਉਹਨੇ ਸਾਡੀ ਬੜੀ ਖਾਤਰ ਤਵਾਦਰ ਕੀਤੀ ਉਸ ਤੋਂ ਬਾਅਦ ਇਹਨੂੰ ਲੱਭਦੇ ਰਹੇ ਡਾਕੂ ਨੂੰ ਡਾਕੂ ਸਾਨੂੰ ਲੱਭਾ ਬਹੁਤ ਔਖਾ ਸਹੀ ਉਹ ਤਾਂ ਸਾਡੇ ਬਜ਼ੁਰਗ ਨੇ ਬੂਟਾ ਸਾਹਿਬ ਵੀ ਇਹ ਬੱਕਰੀਆਂ ਤੁਹਾਡੀਆਂ ਬੂਟਾ ਉਹਦੇ ਉਹਨੂੰ ਮਿਲਣਾ ਸੀਗਾ ਮਾਸ਼ਾਅੱਲਾ ਜਿਹਨੂੰ ਜਿਹਦੇ ਜਾਣਾ ਕਰੇ ਠੀਕ ਹੈ ਉਹ ਇੱਥੇ ਲੱਭ ਗਿਆ ਸਹੀ ਹੈ ਅਸੀਂ ਖੁਦ ਸਾਡੇ ਪੰਜਾਬ ਦਾ ਨਾ ਬਣਾਉਣਾ ਚਾਹੁੰਦੇ ਹਾਂ ਇਨਸ਼ਾਅੱਲਾ ਸ਼ੌਕ ਵੀ ਬਣਾਉਣਾ ਚਾਹੁੰਦੇ ਹਾਂ ਯਾਰ ਕੋਈ ਨਾਲ ਸਾਰੇ ਨਹੀਂ ਬਣਾਉਂਦੇ ਮਾਸ਼ਾਅੱਲਾ ਜੀ ਬਹੁਤ ਅਲੱਗ ਹੈ अच्छा भाई ये भी मतलब कि सादा ही बकरी है कि आगे तैयार करने का कोई प्लान हैगा नहीं ये तैयार हो जाएगी होली होली हो जाए बनने वाली चीज है बनने वाली चीज होली होली बनेगी इंशाल्लाह पठाने पहला माशाल्लाह जी अस्सलाम वालेकुम बड़े दूरों आए रे भाई अस्सलाम वालेकुम जी वालेकुम सलाम यार यो ही तो तुम रोई बंदे रहने हैं माशाल्लाह जी ये चीज चेक कर सकते अच्छा भाई तुम्हारा नाम आसफ जी जी आसफ भाई इनकी एक दिन की एवरेज कितनी होएगी ये है कुछ 4 से 4 किलो 4 किलो उनकी 5 किलो माशाल्लाह देसी अच्छा ज्यादा शौक ਤੁਹਾਨੂੰ ਕਾਲੀ ਬੱਕਰੀ ਦਾ ਜਾਂ ਨਾਗਰੀ ਦਾ ਸਾਨੂੰ ਇਹ ਬਹੁਤਾ ਕਾਲੀ ਡੱਬੀ ਦਾ ਕਾਲੀ ਦਾ ਅੱਛਾ ਤੇ ਜਿਹੜੀ ਲੰਮੇ ਕੰਨ ਵਾਲੀ ਬੱਕਰੀ ਉਹ ਜ਼ਿਆਦਾ ਪਸੰਦ ਕਰਦੇ ਹੋ ਜਿਹਨਾਂ ਦਾ ਕੰਨ ਛੋਟਾ ਹੋਵੇ ਭਾਈ ਜਿਹੜੀ ਬੀਟਲ ਬੱਕਰੀ ਹੈ ਅਸਲ ਉਹਦਾ ਕੰਨ ਛੋਟਾ ਹੀ ਹੁੰਦਾ ਸਹੀ ਹੈ ਸਰ ਤੇ ਉਂਝ ਹੁਣ ਰੁਟੀਨ ਦੇ ਨਾਲ ਜਿਹੜਾ ਨਾ ਕੰਨ ਲੰਮੇ ਨੂੰ ਬਹੁਤ ਸ਼ਕੀਨ ਜਿਹੜੇ ਨੇ ਨਾ ਪੈ ਗਏ ਉਹਨਾਂ ਨੂੰ ਪੈ ਗਏ ਅੱਛਾ ਦੁੱਧ ਦਾ ਝਾੜ ਛੋਟੇ ਕੰਨ ਵਾਲੀ ਦਿੰਦੀ ਕਿ ਵੱਡੇ ਕੰਨ ਵਾਲੀ ਦਿੰਦੀ ਦੁੱਧ ਦਾ ਝਾੜ ਬੜਾ ਛੋਟੇ ਵਾਲੀ ਬੀਟਲ ਕਾਲੀ ਡੱਬੀ ਬੱਕਰੀ ਹੋਵੇ ਬੀਟਲ ਸਹੀ ਮਾਸ਼ਾਅੱਲਾ ਉਹਦਾ ਝਾੜ ਜ਼ਿਆਦਾ ਅਸਲ ਬੀਟਲ ਹੀ ਭਾਜੀ ਉਹ ਜਿਹਦਾ ਕੰਨ ਛੋਟਾ ਜਿਹਦਾ ਕੰਨ ਛੋਟਾ ਹਾਂਜੀ ਆ ਲੰਮੇ ਲੰਮੇ ਕੰਨ ਅੱਗੋਂ ਕਰਾਸ ਹੋ ਸਾਹਿਬ ਨਾਮੀ ਨੇੜ ਜਿਹੜੇ ਗੁੱਜਰ ਨੇ ਧਾਰੀ ਵਾਲੇ ਕੋ ਗੁੱਜਰ ਵਜਦੇ ਐ ਉਹਨਾਂ ਦਾ ਬੱਚਾ ਵਾ ਸਹੀ ਜੀ ਇਹ ਅਸਲ ਜਾਨੀ ਕਿ ਸ਼ੌਂਕ ਇਹਨਾਂ ਘਰਾਂ 'ਚ ਬਹੁਤ ਸੀ ਗੁੱਜਰਾਂ ਦੇ ਉਹ ਇਹਨਾਂ ਦਾ ਪੁੱਛੋ ਜਿਆਦਾ ਜਾਣਾ ਇਹਨਾਂ ਦਾ ਵੀ ਮਾਲ ਵੇਖਣਾ ਸਹੀ ਹੈ ਜੀ ਕੋਈ ਨਹੀਂ ਇਹ ਵੀ ਆਪਣਾ ਮਾਲ ਐ ਤੇ ਆਪਣਾ ਵਾ ਅੱਲਾ ਦਾ ਮਾਲ ਆਪਾਂ ਸਾਰੇ ਅੱਲਾ ਦੇ ਮਾਲ ਵੀ ਆਪਣਾ ਵਾ ਉਹ ਬੱਕਰੀ ਲਿਆ ਜੋ ਹਾਂ ਬਿਲਕੁਲ ਇਹਨੂੰ ਵੀ ਇੱਕ ਵਿਚੋੜਾ ਰਹਿਣ ਦੇ ਇੱਕ ਤਸਵੀਰ ਖਿੱਚਣੀ ਹੈ ਬਸ ਮਾਸ਼ਾਅੱਲਾ ਦਿਖਾ ਦੇਣੇ ਅੱਜ ਕੋਈ ਚੱਕਰ ਨਹੀਂ ये चेक कर सकते हैं जी नागरे में चीज़ें खड़ी हैं और इनका इलाका इस ब्रीड के लिहाज से हाइट और इनकी जो लेग्स है अगर वो बहुत हैवी होती हैं उसके अलावा हाँ हाँ दिखाओ सर अच्छा, अच्छा।
नागरी नसल मतलब के जड़ी हुंदी नागरी बकरी दी की पहचान है जी? ਇਹਦੀ ਨਾਗਰੀ ਜਿਹੜੀ ਪਹਿਚਾਨ ਹੈ ਨਾ ਬੱਕਰੀ ਦੀ ਭਾਜੀ, ਇਹਦਾ ਬਦਨ ਬਰੀਕ ਹੁੰਦਾ ਹੈ, ਬਰੀਕ ਬਦਨ ਹੈ, ਸੋਲ ਹੈ ਬੜੀ, ਠੀਕ ਹੈ, ਜਿਹੜੀ ਅਸਲ ਨਾਗਰੀ ਹੈ। ਇਹ ਕਾਲੀਆਂ ਡੱਬੀਆਂ ਚੋਂ ਕ੍ਰਾਸ ਨੇ, ਕਾਲੀਆਂ ਚੋਂ ਕ੍ਰਾਸ ਨੇ, ਹਾਂਜੀ, ਬੱਕਰੇ ਛੱਡ ਛੱਡ ਕੇ ਨਾਗਰੀਆਂ ਭਾਜੀ ਹੋ ਗਈਆਂ। ਸਹੀ ਹੈ। ਇੱਕ ਇਹ ਕਲਰ ਹੈ ਨਾ ਦੇਖੋ, ਮਤਲਬ ਥੋੜਾ ਜਿਹਾ ਡਾਰਕ ਆ ਜਾਂਦਾ, ਨਾਗਰੀ ਹੈ, ਥੋੜੀ ਥੋੜੀ ਤੇਲੇ ਕਲਰ 'ਚ, ਤੇਲੇ ਕਲਰ 'ਚ ਨਾਗਰੀ। ਹਾਂਜੀ, ਅਸਲ ਨਾਗਰੀ ਹੈ ਇਹ ਭਾਜੀ, ਜਿਹੜੀ ਦੂਸਰੀਆਂ ਨਾਗਰੀਆਂ ਨੇ ਨਾ ਕੱਕੀਆਂ, ਹਾਂ ਹਾਂ, ਉਹਨਾਂ ਨੂੰ ਅਸੀਂ ਕੱਕੀਆਂ ਕਹਿੰਦੇ ਆ। ਸਹੀ ਹੋ ਗਿਆ ਜੀ। ਹਾਂਜੀ, ਅਸਲ ਰੰਗ ਹੈ ਇਹ ਗੂੜਾ ਨਾ, ਇਹਨਾਂ ਦਾ ਕੋਈ ਪੇਟੀ ਵਾਲਾ ਸਿਸਟਮ ਹੀ ਕਹਿੰਦੇ, ਕਾਲੀ ਪੇਟੀ। ਹਾਂਜੀ, ਆ ਦੇਖੋ, ਇਹ ਕਾਲੀਆਂ ਧਾਰੀਆਂ ਨਾ। ਸਹੀ ਹੈ, ਇਹ ਕਾਲੀ ਲਕੀਰ ਹੈ, ਕਾਲੀ ਲਕੀਰ, ਕਾਲੀ ਬਿਲਕੁਲ ਇਦਾਂ ਹੀ, ਇਹ ਹੀ ਨਾਗਰੀ ਦੀ ਪਛਾਣ ਹੈ। ਮਾਸ਼ਾਅੱਲਾ ਜੀ, ਇਹ ਲੱਤਾਂ ਕਾਲੀਆਂ ਧਾਰੀਆਂ, ਲੱਤਾਂ ਤੇ ਵੀ ਨੇ। ਸਹੀ ਹੈ ਜੀ। दूसरी नागरी दिखाई भी कोई बच्चा है? दो ने ले लिया ने, इन्दे बकरे पठा, ए पठा को बकरा वेच दिता। माशाल्लाह। अच्छा, तुहाडे इलाके च इस इलाके की गल कर रहे हैं, ਜਿਹੜੇ ਜਿਹੜੇ ਮਸ਼ਹੂਰ ਪਲੇਅਰ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਤੁਹਾਡੇ ਯਾਰ ਬੇਲੀ ਸ਼ੌਕ ਵਾਲੇ ਹੋਣ, ਉਹਨਾਂ ਦੇ ਨਾਮ ਬੋਲ ਦਿਓ ਚੰਦ ਦੇ। ਬਾਬਾ ਲਾਲ, ਬਾਬਾ ਲਾਲ ਕਾਲੋਵਾਲ ਤੋਂ, ਠੀਕ ਹੈ, ਜਿੱਥੇ ਖਲੋਤੇ ਹੋ ਬਾਜਵਾ ਸਾਹਿਬ ਆਰਫ। ਸਹੀ ਹੈ। ਬਾਮਣੀਆਂ, ਮੇਰਾ ਨਾਮ ਇਰਫਾਨ ਹੈ, ਧਾੜੀਵਾਲ ਤੋਂ। ਸਹੀ ਹੈ, ਗੁੱਜਰ। ਸਹੀ ਹੈ। ਤੇ ਸਾਧੂ ਘਰਾਏ ਨੇ ਬੱਕਰੀਆਂ, ਉਹ ਇਹ ਨਾ ਪਿੰਡਾਂ ਦੇ ਕੋਲ ਕੋਲ। ਹਾਂਜੀ, ਆ ਸਾਡੇ ਸਮਝ ਲਓ ਇੱਕ ਹੀ ਗਰੁੱਪ ਤੇ। ਸਹੀ ਹੋ ਗਿਆ ਜੀ, ਮਾਸ਼ਾਅੱਲਾ। ਆ ਬੱਕਰੀਆਂ ਵੀ ਸਾਡੀਆਂ ਹੀ ਨੇ, ਇੱਕੋ ਹੀ ਸ਼ੌਕ ਹੈ, ਇੱਕੋ ਹੀ ਬੱਕਰਾ ਛੱਡੀ ਦੀਆਂ ਨੇ, ਇੱਕ ਦੂਸਰੇ ਕੋਲ ਬੱਕਰੀਆਂ ਵੀ ਲਈ ਦੇ ਦੀਆਂ ਨੇ। ਸਹੀ ਹੈ ਜੀ। ਹੁਣ ਇੱਥੇ ਕੁਝ ਬੱਕਰੀਆਂ ਨੇ ਸਾਡੇ ਕੋਲੋਂ ਆਈਆਂ ਨੇ, ਠੀਕ ਹੈ, ਉਹ ਬੱਕਰੀ ਜਿਹਦਾ ਝੋਲਾ ਲਾ ਕੇ ਵੇਖਿਆ ਉਹ ਵੀ ਸਾਡੇ ਕੋਲੋਂ ਆਈ ਹੈ, ਠੀਕ ਹੈ, ਮਾਸ਼ਾਅੱਲਾ ਜੀ। ਤੇ ਇਹ ਅਸੀਂ ਆਪਸ ਵਿੱਚ ਲੈਣ ਦੇਣ ਕਰਦੇ ਹਾਂ, ਬਾਬੇ ਬਿੱਲੂ ਦੀਆਂ ਤੁਸੀਂ ਵੇਖ ਆਇਓ ਵੀ ਸਾਡੇ ਕੋਲ ਹੀ। ਸਹੀ ਹੋ ਗਿਆ ਸਰ। ਹਾਂਜੀ, ਉਹਨਾਂ ਦੀ ਇੱਥੇ ਵੀ ਆਉਂਦੀਆਂ, ਤੁਹਾਡੀਆਂ ਉੱਥੇ ਜਾਂਦੀਆਂ? ਹਾਂਜੀ ਬਿਲਕੁਲ, ਸਾਡਾ ਗਰੁੱਪ ਹੀ ਇੱਕ ਹੈ ਨਾ। ਸਹੀ ਹੋ ਜਾ ਕੇ ਭਾਈ ਜੀ ਕੁਦਰਤ ਮੁਲਾਕਾਤ ਹੋ ਗਈ, ਮੈਂ ਦਾਵਤ ਦੇਣੀ ਕਿ ਮੇਰੇ ਕੋਲ ਖਾਣਾ ਖਾਓ, ਚਾਹ ਪੀਓ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਨਾਲ ਤੁਸੀਂ ਸਾਡੇ ਇਲਾਕੇ 'ਚ ਆਏ ਹੋ। ਅੱਛਾ ਜੀ, ਤੁਸੀਂ ਇੱਥੇ ਕਿੱਦਾਂ ਇਸ ਪਿੰਡ 'ਚ? ਮੈਂ ਜਨਾਬ ਸਿਰ ਸ਼ੌਕ ਹੈ ਮੈਨੂੰ, ਤੇ ਮੈਂ ਬੱਚੇ ਨਾਲ ਜੁਮੇ ਵਾਲੇ ਦਿਨ ਜੁਮੇ ਦਿਨ ਆ ਜਾਂਦਾ ਵਾਂ। ਦੇਖਣ ਆਉਂਦੇ ਹੋ? ਦੇਖਣ ਆਉਂਦੇ ਆ, ਤਾਂ ਕੁਦਰਤ 'ਚ ਜਾਏ ਆ ਤੇ ਉਹ ਤੁਹਾਡੇ ਨਾਲ ਮੁਲਾਕਾਤ ਹੋ। ਨੰਬਰ ਬੋਲੋ ਜਰਾ ਥੋੜਾ ਜਿਹਾ, ਹਾਂਜੀ, ਆਪਣਾ ਨੰਬਰ ਬੋਲੋ। ਬੋਲੋ ਨੰਬਰ। ਮੇਰਾ ਨੰਬਰ 0300 0300 76 595 ਹਾਜੀ ਕਲੀਮੁਲਾ ਕਿਲਾਦਾਰ ਸਿੰਘ। ਤੋ ਜੀ, ਆਰਫ ਨਾਲ ਰਾਬਤਾ ਕਰਨਾ ਹੋਵੇ ਨਾ, ਆਰਫ ਭਾਜਵੇ ਨਾਲ, ਇਹ ਭਾਈ ਨਾਲ ਕਰਨਾ, ਆਪੇ ਤੁਹਾਨੂੰ ਕਰਵਾ ਦੇਗਾ, ਜਿਹੜੇ ਬੰਦੇ ਨੇ ਵੀ ਆਉਣਾ ਨਾ ਨੰਬਰ ਤੁਹਾਨੂੰ ਦੇ ਦਿੱਤਾ, ਸਮਝੋ ਆਰਫ ਦੇ ਮਿਲ ਗਿਆ। ਸਹੀ ਹੈ ਜੀ। ਮਸ਼ਹੂਰ ਸਾਹਿਬ ਵੀ ਨੇ। ਇਹ ਕਿਹੜੇ ਇਲਾਕੇ ਤੋਂ ਨੇ ਜੀ? ਬਟੂ ਭਾਣੋਗੇ ਬਿਲਕੁਲ ਕੱਲ ਦੀ ਦਿਹਾੜੀ ਬਣਾਉਂਦੇ। तो चलें जी, वीडियो एंड करते हैं, मिलते हैं इंशाल्लाह कल वाली वीडियो में, तब तक के लिए अल्लाह हाफिज़। ਸਹੀ ਆ ਕਿ ਗਾਲਾਂ ਪਾਉਣੀ ਉਹ ਆਪੀ ਮੈਂ ਵਾਪਸ ਲਾ ਕਰਾਂਗਾ ਆਵਾਜ਼। ਮੈਂ ਮਾਰ
बकरियां बकरियां तड़िया तुम जाना नाल बकरी